ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਆਪਣਾ ਡਾਕਟਰ ਕੈਂਥ ਐਸਪੀ ਹੈਲਥ케ਅਰ ਸੈਂਟਰ ਬੰਨਾਲਾ ਤੋਂ ਆਪ ਜੀ ਜਾਣਦੇ ਹੋ ਪਿਛਲੇ ਲੰਮੇ ਸਮੇਂ ਤੋਂ ਅੰਦਾਸ YouTube ਤੇ ਅਲੱਗ-ਅਲੱਗ ਤਰ੍ਹਾਂ ਦੀਆਂ ਸਿਹਤ ਨਾਲ ਸੰਬੰਧਿਤ ਵੀਡੀਓਜ਼ ਬਣਾ ਕਰਕੇ ਪਾਉਂਦਾ ਰਹਿੰਦਾ ਹੈ ਸੋ ਆਪ ਜੀ ਇਹਨਾਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਸੁਣਦੇ ਹੋ ਬੜੇ ਧਿਆਨ ਦੇ ਨਾਲ ਦੇਖਦੇ ਹੋ ਸੋ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਦੋਸਤੋ ਅੱਜ ਜੋ ਵੀਡੀਓ ਬਣਾ ਰਹੇ ਹਾਂ ਅਸੀਂ ਜਸ ਬਸਤੇ ਦੇ ਵਿੱਚ ਉਸ ਨੂੰ ਤੁਸੀਂ ਬੜੇ ਧਿਆਨ ਦੇ ਨਾਲ ਸੁਣਨਾ ਕਿਉਂਕਿ ਬੜੇ ਕੰਮ ਆਉਣ ਵਾਲੀ ਚੀਜ਼ ਹੈ ਇਲੈਕਟ੍ਰਿਕ ਸ਼ੌਕ ਜਿਸ ਤਰ੍ਹਾਂ ਕਿ ਬਿਜਲੀ ਦਾ ਕਰੰਟ ਜਿਹਨੂੰ ਪੰਜਾਬੀ ਦੇ ਵਿੱਚ ਕਹਿੰਦੇ ਆ ਅੱਜ ਦੇ ਟਾਈਮ ਦੇ ਵਿੱਚ ਦੇਖਿਆ ਜਾਏ ਹੁਣ ਚੋਲਾਂ ਦੀ ਵਿਜ਼ਾਈ ਹੋ ਰਹੀ ਹੈ ਲਗਾਤਾਰ ਕੰਟੀਨਿਊ ਬਿਜਲੀ ਦੇ ਉਪਕਰਨ ਚੱਲ ਰਹੇ ਨੇ ਗਰਮੀਆ ਕਰਕੇ ਕੂਲਰ ਪੱਖੇ ਮਦਾਨੀਆਂ ਅਨੇਕਾਂ ਹੋਰ ਤਰ੍ਹਾਂ ਦੇ ਉਪਕਰਨ ਜੋ ਬਿਜਲੀ ਦੇ ਨਾਲ ਚੱਲਦੇ ਨੇ ਅਸੀਂ ਘਰਾਂ ਦੇ ਵਿੱਚ ਆਮਕਾਸ ਵਰਤੋਂ ਕਰਦੇ ਆਂ ਦੋਸਤੋ ਆਪਾਂ ਸਾਰਿਆਂ ਨੂੰ ਪਤਾ ਵੀ ਕਰੰਟ ਲੱਗਣ ਦੇ ਕਾਰਨ ਕੀ ਨੇ ਜੀ ਡੀ ਕਾਰਨ ਨੇ ਕਰੰਟ ਲੱਗਣ ਦੇ ਜੇ ਕਰਕੇ ਆਪਾਂ ਉਹਨਾਂ ਨੂੰ ਹੀ ਖਤਮ ਕਰ ਦੇਵਾਂਗੇ ਤਾਂ ਸਾਡੀ ਕਰੰਟ ਹੀ ਨਹੀਂ ਲੱਗੇਗਾ ਤੇ ਕਰੰਟ ਨਹੀਂ ਲੱਗੇਗਾ ਤਾਂ ਸਾਡੀ ਜ਼ਿੰਦਗੀ ਬਰਜ ਜਾਵੇਗੀ ਬਹੁਤ ਸਾਰੀਆਂ ਕੀਮਤੀ ਜਾਨਾਂ ਕਰੰਟ ਲੱਗਣ ਦੇ ਨਾਲ ਦੁਨੀਆ ਤੋਂ ਰੁਖਸਤ ਹੋ ਰਹੀਆਂ ਨੇ ਅਕਾਲ ਚਲਾਣਾ ਕਰ ਰਹੇ ਨੇ ਲੋਕ ਕਰੰਟ ਇੱਕ ਹੁੰਦਾ ਜਾਣਬੁੱਝ ਕੇ ਕਰੰਟ ਨੂੰ ਹੱਥ ਲਾਉਣਾ ਇੱਕ ਹੁੰਦਾ ਅਚਨਚੇਤ ਘੰਟਣਾ ਲੱਗ ਜਾਣਾ ਹੁਣ ਇਹ ਗੱਲਾਂ ਆਪਾਂ ਨੂੰ ਸਾਰਿਆਂ ਨੂੰ ਸਮਝਣਾ ਪੈਣਾ ਹੁੰਦੀਆਂ ਨਿੱਕੇ ਨਿੱਕੇ ਗੱਲਾਂ ਨਹੀਂ ਆਪਾਂ ਸਾਰੇ ਘਰ ਪਰਿਵਾਰਾਂ ਦੇ ਵਿੱਚ ਰਹਿਣ ਵਾਲੇ ਇਨਸਾਨ ਆ ਸੰਗਠਿਤ ਪਰਿਵਾਰ ਨੇ ਕਈਆਂ ਦੇ ਬਾਲ ਬੱਚੇ ਬਜ਼ੁਰਗ ਪਰਿਵਾਰ ਦੇ ਹੋਰ ਮੈਂਬਰ ਭੈਣ ਭਾਈ ਸਾਰੇ ਆਪਾਂ ਰਲ ਮਿਲ ਕੇ ਇਕੱਠੇ ਰਹਿਣੇ ਘਰ ਦੇ ਵਿੱਚ ਉਪਕਰਣ ਵਾਸ਼ਿੰਗ ਮਸ਼ੀਨ ਕੂਲਰ ਫ੍ਰਿਜ ਟੀਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਅਸੀਂ ਵਰਤਦੇ ਹਾਂ ਤੇ ਗਰਮੀਆਂ ਦੇ ਸਮੇਂ ਦੇ ਵਿੱਚ ਇੱਕ ਥਾਂ ਤੋਂ ਦੂਜੀ ਥਾਂ ਤੇ ਚੱਕ ਕੇ ਲੈ ਕੇ ਜਾਣ ਵਾਲਾ ਸਟੈਂਡ ਵਾਲਾ ਪੱਖਾ ਜੀ ਨੂੰ ਚੱਕਮਾ ਪੱਖਾ ਕਹਿੰਦੇ ਹਾਂ ਅਸੀਂ ਉਹ ਵੀ ਵਰਤਦੇ ਤੇ ਕਈ ਕਰਾਂ ਦੇ ਵਿੱਚ ਦੇਖਣ ਨੂੰ ਇਹ ਮਿਲਿਆ ਵੀ ਆਮ ਖਾਸ ਆਪਾਂ ਨੂੰ ਸਭ ਕੁਝ ਪਤਾ ਹੁੰਦੇ ਹੋਈ ਵੀ ਆਪਾਂ ਅਨਗਹਿਲੀ ਕਰਦੇ ਹਾਂ ਨਿੱਕੀਆਂ ਨਿੱਕੀਆਂ ਅਨਗਹਿਲੀਆਂ ਸਾਨੂੰ ਵੱਡੇ ਨੁਕਸਾਨ ਦਾ ਹਰਜਾਨਾ ਭਰਉਂਦੀਆਂ ਨੇ ਕਿਵੇਂ ਕੋਈ ਤਾਰ ਆਪਣੇ ਘਰ ਦੇ ਵਿੱਚ ਨੰਗੀ ਪਈ ਹੈ ਜਾਂ ਕੋਈ ਘਰ ਕੱਚੀ ਲੱਗੀ ਹੈ ਕੱਚੀ ਤਾਰ ਜਿਵੇਂ ਛੋਟੀ ਤਾਰ ਹੈ ਪਤਲੀ ਤਾਰ ਹੈ ਜਿਦੇ ਵਿੱਚ ਕਰੰਟ ਜਿਆਦਾ ਮਾਤਰਾ ਤੇ ਨਿਕਲ ਰਿਹਾ ਹੈ ਜਾਂ ਉਹ ਕਿਸੇ ਵੱਡੀ ਚੀਜ਼ ਵੱਡੇ ਉਪਕਰਣ ਨੂੰ ਚਲਾਉਣ ਵਾਸਤੇ ਕੰਮ ਕਰ ਰਿਹਾ ਜਿਵੇਂ ਬਰੀਕ ਤਾਰ ਹੈ ਉਹ ਕਿਸੇ ਮੋਟਰ ਨੂੰ ਚਲਾ ਰਹੀ ਹੈ ਮੋਟਰ ਲਗਾਤਾਰ ਚੱਲ ਰਹੀ ਹੈ ਤਾਂ ਉਹ ਤਾਰ ਗਰਮੀ ਕਰਕੇ ਹੀਟ ਹੋ ਜਾਂਦੀ ਹੈ ਹੀਟ ਹੋ ਸਕਦੀ ਹੈ ਹੀਟ ਹੋ ਕੇ ਉਹਨੂੰ ਅਗ ਲੱਗ ਸਕਦੀ ਹੈ ਤੇ ਘਰ ਅੱਗ ਦੇ ਨਾਲ ਨੁਕਸਾਨਿਆ ਜਾ ਸਕਦਾ ਹੈ ਦੋਸਤੋ ਇਹ ਨਿੱਕੇ ਨਿੱਕੇ ਅਗਹੇਲੀਆਂ ਨੇ ਨਾ ਜੋ ਅਸੀਂ ਕਰਨੀਆਂ ਛੱਡ ਦੀਏ ਬਹੁਤ ਸਮਾਂ ਹੋ ਗਿਆ ਮਤਲਬ ਕਿਸੇ ਨਾ ਕਿਸੇ ਪਰਿਵਾਰ ਦੇ ਵਿੱਚ ਕਿਸੇ ਨਾ ਕਿਸੇ ਪਿੰਡ ਕਿਸੇ ਨਾ ਕਿਸੇ ਕਸਬੇ ਕਿਸੇ ਨਾ ਕਿਸੇ ਸਹਿਰ ਸੌਟ ਸਰਕਰ ਕਰਕੇ ਅੱਗਾਂ ਲੱਗ ਰਹੀਆਂ ਨੇ ਸੌਟ ਸਰਕਰ ਕਰਕੇ ਜੋ ਹੈ ਕੋਈ ਨਾ ਕੋਈ ਨਵੀਂ ਤੋਂ ਨਵੀਂ ਪ੍ਰੋਬਲਮ ਆ ਕੇ ਦੁਨੀਆ ਤੋਂ ਜਿਹੜੀਆਂ ਕੀਮਤੀ ਜਾਨਾਂ ਨੇ ਉਹ ਚਲੀਆਂ ਜਾ ਰਹੀਆਂ ਨੇ ਇਹਦੇ ਲਈ ਨਿਕੇ ਨਿਕੇ ਗੱਲਾਂ ਆਪਾਂ ਸਾਰਿਆਂ ਨੂੰ ਬਤਾਏ ਵੀ ਆਪਾਂ ਕੀ ਕੁਛ ਕਰਨਾ ਕਰਦੇ ਵਿੱਚ ਕੀ ਚੱਲ ਰਿਹਾ ਕੀ ਨਹੀਂ ਚੱਲ ਰਿਹਾ ਜਿਵੇਂ ਕਿ ਆਪਾਂ ਦੇਖਦੇ ਆਂ ਫ੍ਰਿਜ ਦੇ ਵਿੱਚ ਅੱਜ ਕੱਲ ਫ੍ਰਿਜ ਦੇ ਵਿੱਚ ਫ੍ਰਿਜ ਦੀ ਬੜੀ ਲੋਡ ਹੈ ਗਰਮੀਆਂ ਦੇ ਦਿਨਾਂ ਦੇ ਵਿੱਚ ਫ੍ਰਿਜ ਦਾ ਅਸੀਂ ਪਾਣੀ ਵੀ ਵਰਤਦੇ ਆਂ ਫ੍ਰਿਜ ਦੇ ਵਿੱਚੋਂ ਬਰਫ਼ ਵੀ ਪਟਦੇ ਆਂ ਕਈ ਵਾਰੀ ਬਰਫ਼ ਪਟਦੇ ਹੋਏ ਸ਼ੋਰਟ ਲੱਗ ਜਾਂਦਾ ਬਹੁਤ ਥੋੜੀ ਮਾਤਰਾ ਦੇ ਵਿੱਚ ਉਹ ਕਿਵੇਂ ਲੱਗਦਾ ਕਿ ਸਾਡੇ ਹੱਥ ਗਿੱਲੇ ਹੁੰਦੇ ਨੇ ਤੇ ਕਈ ਵਾਰ ਸਾਡੇ ਪੈਰ ਜੋ ਚੱਪਲਾਂ ਪਾਈਆਂ ਹੁੰਦੀਆਂ ਨੇ ਉਹਨਾਂ ਦਾ ਵੀ ਪਾਣੀ ਲੱਗਿਆ ਹੁੰਦਾ ਹੈ ਪੈਰ ਵੀ ਗਿੱਲੇ ਹੁੰਦੇ ਨੇ ਧਰਤੀ ਨਾਲ ਜਦੋਂ ਅਰਥ ਹੁੰਦਾ ਥੋੜੇ ਜਿੇ ਕਰੰਟ ਦਾ ਤਾਂ ਉਹ ਥੋੜਾ ਜਿਹਾ ਕਰੰਟ ਵੀ ਕਈ ਵਾਰ ਵੱਡੀ ਮਾਤਰਾ ਦੇ ਵਿੱਚ ਵੱਡੀ ਵੋਲਟੇਜ ਦੇ ਵਿੱਚ ਸਾਡੇ ਸਰੀਰ ਦੇ ਵਿੱਚ ਪ੍ਰਵੇਸ਼ ਕਰ ਜਾਂਦਾ ਤੇ ਉਦੋਂ ਸਰੀਰ ਦੇ ਵਿੱਚੋਂ ਨਿਕਲਦਾ ਤਾਂ ਉਦੋਂ ਬਹੁਤ ਤਕਲੀਫ ਹੁੰਦੀ ਆ ਹੋ ਸਕਦਾ ਵਿਮੋਕਥੀ ਜਾਨ ਹੀ ਚਲੀ ਜਾਏ ਸੋ ਇਹੀ ਮਕੇ ਨਿਕੀਆਂ ਗਲੀਆਂ ਇੱਕ ਫਰਿੱਜ ਨੂੰ ਜਿਹੜੋ ਖੋਲਦੇ ਆ ਤੁਹਾਡੇ ਹੱਥ ਸਾਫ਼ ਤੁਹਾਡੇ ਪੈਰ ਸਾ ਤੁਹਾਡੇ ਪੈਰਾਂ ਤੇ ਪਾਣੀ ਨਾ ਲੱਗਿਆ ਹੋਵੇ ਤੁਹਾਡੇ ਚੱਪਲਾਂ ਸਹੀ ਪਾਈਆਂ ਹੋਣੀਆਂ ਚਾਹੀਦੀਆਂ ਜਿੱਥੇ ਤੁਸੀਂ ਖੜੇ ਹੋ ਉਹ ਧਰਤੀ ਗਿੱਲੀ ਨਾ ਹੋਵੇ ਇਹ ਗੱਲਾਂ ਦਾ ਖਿਆਲ ਰੱਖੋ ਕਈ ਵਾਰੀ ਕਈ ਉਪਕਰਨ ਕਰੰਟ ਮਾਰਦੇ ਨੇ ਸਾਨੂੰ ਪਤਾ ਲੱਗਦਾ ਵੀ ਥੋੜਾ ਕਰੰਟ ਮਾਰਦੇ ਆ ਆਪਾਂ ਅਨਹੇਲੀ ਕਰ ਜਾਂਦੇ ਆ ਉਹਨਾਂ ਆਫ ਕਰਨਾ ਨੂੰ ਆਪਾਂ ਮਿਸਤਰੀ ਨੂੰ ਨਹੀਂ ਦਿਖਾਉਂਦੇ ਵੀ ਇਹ ਸੌਟ ਕਿਉਂ ਕਰ ਰਹੇ ਆਇੱਕ ਕਰੰਟ ਕਿਉਂ ਮਾਰ ਰਹੇ ਆ ਦੋਸਤੋ ਇਹ ਨਿੱਕੇ ਨਿੱਕੇ ਨੇ ਲਈ ਨਹੀਂ ਕਰਨੀਆਂ ਚਾਹੀਦੀਆਂ ਨਿੱਕੀਆਂ ਨਿੱਕੀਆਂ ਅਣਗਹਿਲੀਆਂ ਕੀਤੀਆਂ ਹੋਈਆਂ ਬੜੀਆਂ ਕੀਮਤੀ ਜਾਨਾਂ ਸਾਡੀਆਂ ਸਾਡੇ ਤੋਂ ਖੋਹੀ ਲੈ ਜਾ ਰਹੀਆਂ ਨੇ ਸੋ ਇਸ ਵਾਰ ਬੇਨਤੀ ਹੈ ਦੱਸਦੀ ਦੋਸਤੋ ਇਹ ਇਨਸੂਰੀ ਸੂਟੀਆਂ ਨਹੀਂ ਲਈਆਂ ਨਾ ਕਰੋ ਜਿੱਥੇ ਵੀ ਤੁਹਾਨੂੰ ਲੱਗਦਾ ਵੀ ਕਿਸੇ ਉਪਕਰਨ ਦੇ ਵਿੱਚ ਬਿਜਲੀ ਦੇ ਨਾਲ ਜੋ ਤੁਹਾਡੇ ਘਰ ਦੇ ਵਿੱਚ ਵਰਤਣ ਵਾਲੀ ਚੀਜ਼ ਹੈ ਚਾਹੇ ਕੋਈ ਪੱਖਾ ਚਾਹੇ ਕੋਈ ਮਦਾਣੀ ਚਾਹੇ ਕੋਈ ਪ੍ਰੈਸ ਚਾਹੇ ਤੁਹਾਡਾ ਕੋਈ ਕੂਲਰ ਜੇ ਕੋਈ ਕਰੰਟ ਮਾਰਦਾ ਹੈ ਤਾਂ ਉਹਦੇ ਦਾ ਪੂਰਾ ਖਿਆਲ ਰੱਖੋ ਪੂਰਾ ਖਿਆਲ ਰੱਖੋ ਉਸ ਨੂੰ ਮੌਕੇ ਤੇ ਠੀਕ ਕਰਵਾਓ ਕਰੰਟ ਮਾਰਨ ਨੂੰ हट ਜਾਏ ਜਿਹੜੇ ਕਾਰਨਾਂ ਕਰਕੇ ਕਰੰਟ ਵੱਜਦਾ ਹੈ ਉਹ ਕਾਰਨ ਮੈਂ ਤੁਹਾਨੂੰ ਦੱਸ ਹੀ ਚੁੱਕਿਆ ਇੱਕ ਵਾਰ ਦੁਬਾਰਾ ਦੱਸ ਦਿੰਦਾ ਕਿਸੇ ਨਾ ਕਿਸੇ ਕੱਚੀ ਤਾਰ ਕਰਕੇ ਕੋਈ ਜੋੜ ਲੱਗ ਗਿਆ ਉਸ ਸਪਰਕ ਮਾਰ ਗਿਆ ਜਾਂ ਮਤਲਬ ਉਈ ਤਾਰ ਜਿਹੜੀ ਹੈ ਉਹ ਗਿੱਲੀ ਜਗ੍ਹਾ ਤੇ ਲੱਗਦੀ ਆ ਅੱਜ ਕੱਲ ਹੁਣ ਬਾਰਿਸ਼ ਦੇ ਦਿਨ ਨੇ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਬਾਰਿਸ਼ ਪੈਂਦੀ ਹੈ ਕੋਈ ਇਲੈਕਟ੍ਰੀਕਲ ਸੌਟ ਕੋਈ ਇਲੈਕਟ੍ਰੀਕਲ ਤਾਰ ਨੰਗੀ ਪਈ ਹੈ ਉਹ ਕਿਸੇ ਨਾ ਕਿਸੇ ਮਤਲਬ ਕੋਨੇ ਨੂੰ ਘਰ ਦੇ ਕੋਨੇ ਨੂੰ ਬਾਰਿਸ਼ ਪਈ ਹੈ ਸਾਰਾ ਘਰ ਗਿੱਲਾ ਹੋਇਆ ਉਹਦੇ ਨੂੰ ਟੱਚ ਕਰਦੀ ਆ ਤਾਂ ਘਰ ਦੀ ਕੰਧ ਨੂੰ ਵੀ ਆਪਾਂ ਜਦੋਂ ਟੱਚ ਕਰਾਂਗੇ ਥੋੜੀ ਮਤਲਬ ਜੀ ਕਰੰਟ ਸਾਨੂੰ ਲੱਗੇਗਾ ਸੋ ਇੰਨੀ ਨਿੱਕੇ ਨਿੱਕੇ ਗੱਲਾਂ ਕੋਈ ਤਾਰ ਨੰਗੀ ਆ ਤੁਹਾਡੇ ਆਸ-ਪਾਸ ਉਸ ਨੂੰ ਟੇਪ ਨਾਲ ਚੰਗੀ ਤਰ੍ਹਾਂ ਲਪੇਟ ਦਿਓ ਕੱਚੀ ਤਾਰ ਲੱਗੀ ਆ ਉਹਨੂੰ ਵਧੀਆ ਤਾਰ ਵਧੀਆ ਵਾਲੀ ਤਾਰ ਲੈ ਕਰਕੇ ਲਾਓ ਜਾਨ ਨਾਲੋਂ ਕੀਮਤੀ ਕੋਈ ਚੀਜ਼ ਨਹੀਂ ਇੱਕ ਵਾਰ ਪੈਸਾ ਲੱਗ ਜਾਏਗਾ ਮੁੜ ਕੇ ਜ਼ਿੰਦਗੀ ਪਰ ਮੋਟੀ ਤਾਰ ਵਧੀਆ ਟੰਗਣ ਨਾ ਦੇ ਦਿੰਦੀ। ਬਿਜਲੀ ਦੇ ਜੋ ਉਫ ਕਰਨ ਨੇ ਉਹਨਾਂ ਨੂੰ ਸਮੇਂ-ਸਮੇਂ ਤੇ ਚੈੱਕ ਕਰਦੇ ਰਹੋ। ਕੂਲਰਸ ਪਾਣੀ ਪਾਉਣ ਲੱਗੇ ਕੂਲਰ ਦੀ ਸਵਿਚ ਆਫ ਕਰਨੀ ਤੇ ਕੂਲਰ ਦਾ ਪਲੱਗ ਕੱਢਣਾ ਬਹੁਤ ਜ਼ਰੂਰੀ ਹੈ। ਕਈ ਵਾਰ ਆਪਾਂ ਕੀ ਕਰਦੇ ਆ ਬਹੁਤੀ ਲੋਕ ਇਸ ਤਰ੍ਹਾਂ ਹੁੰਦੇ ਨੇ ਕੂਲਰ ਦੇ ਵਿੱਚ ਪਾਣੀ ਜਦੋਂ ਪੈਂਦਾ ਜਾਂ ਤਾਂ ਪਾਈਪ ਨਾਲ ਪਾਣੀ ਉਦਹੀਂ ਪਾ ਦਿੰਦੇ ਆ ਕਿਉਂਕਿ ਪਾਈਪ ਨਾਲ ਪਾਣੀ ਪਾਉਣ ਵਾਲੇ ਬੰਦਿਆਂ ਨਾਲ ਕਈ ਵਾਰੀ ਗੜਬੜ ਹੁੰਦੀ ਹੈ। ਪਾਈਪ ਨਾਲ ਪਾਣੀ ਟੂਟੀ ਨਾਲ ਛੱਡਿਆ ਗਿਆ ਕਈ ਵਾਰ ਪਤਾ ਨਹੀਂ ਹੁੰਦਾ ਆਪਾਂ ਨੂੰ ਕੂਲਰ ਦਾ ਵੀ ਕੂਲਰ ਦੇ ਵਿੱਚ ਕਰੰਟ ਆਉਂਦਾ ਜਾਂ ਨਹੀਂ ਆਉਂਦਾ ਕਿਉਂਕਿ ਆਪਾਂ ਮਤਲਬ ਉਹਨੂੰ ਬੰਦ ਹੀ ਨਹੀਂ ਕਰਦੇ ਚੱਲਦੇ-ਚੱਲਦੇ ਪਾਣੀ ਪਾਉਣ ਲੱਗ ਜਾਂਦੇ ਆ। ਕਈ ਵਾਰ ਅਚਨ ਚੀਜ਼ ਜੇ ਕਰਕੇ ਉਸ ਕੂਲਰ ਦੇ ਵਿੱਚ ਕਰੰਟ ਆਉਂਦਾ ਹੋਵੇ ਅਸੀਂ ਉਸ ਨੂੰ ਹੱਥ ਲਾ ਲਈਏ ਤਾਂ ਮੌਕੇ ਤੇ ਸਾਡੀ ਜਾਨ ਜਾ ਸਕਦੀ ਹੈ ਕਿਉਂਕਿ ਧਰਤੀ ਦੇ ਵਿੱਚੋਂ ਜਦੋਂ ਅਰਥ ਹੁੰਦਾ ਅਰਥ ਕਰੰਟ ਤੇ ਅਰਥ ਡਬਲ ਮਾਤਰਾ ਦੇ ਵਿੱਚੋਂ ਹੋ ਕਰਕੇ ਸਾਡੀ ਬਾਡੀ 'ਚ ਪ੍ਰਵੇਸ਼ ਕਰਦਾ ਤਾਂ ਮਤਲਬ ਦੋਸਤੋ ਇਸ ਤਰ੍ਹਾਂ ਦਾ ਵੋਲਟੇਜ ਸਾਡੇ ਅੰਦਰ ਪੈਦਾ ਹੋ ਜਾਂਦੇ ਬਿਜਲੀ ਦੇ ਵੀ ਜਿਹੜੇ ਕੀ ਬਾਡੀ ਦੇ ਸਰੀਰ ਦੇ ਜਿਹੜੇ ਅੰਗ ਨੇ ਉਹਨਾਂ ਨੂੰ ਨੁਕਸਾਨ ਕਰਕੇ ਮਤਲਬ ਬਾਡੀ 'ਚ ਪਾਸ ਕਰ ਜਾਂਦੇ ਨੇ ਨਿਕਲ ਜਾਂਦੇ ਨੇ ਤਾਂ ਆਪਾਂ ਦੇਖਦੇ ਹਾਂ ਬਿਜਲੀ ਲੱਗਦੀ ਕਿਸੇ ਹੋਰ ਜਗ੍ਹਾ ਤੋਂ ਤੇ ਨਿਕਲਦੀ ਸਰੀਰ ਦੇ ਕਿਸੇ ਹੋਰ ਰੰਗ ਚੋਂ ਉਹਦਾ ਕਾਰਨ ਇਹ ਹੁੰਦਾ ਹੈ ਵੀ ਵੋਲਟੇਜ ਹਾਈ ਵੋਲਟੇਜ ਇੰਨਾ ਜ਼ਿਆਦਾ ਹੋ ਜਾਂਦਾ ਬਾਡੀਜ਼ ਕਈ ਵਾਰ ਕਿ ਮੌਕੇ ਤੇ ਹੀ ਜਾਨ ਲੈ ਲੈਂਦਾ ਇਨਸਾਨ ਦੀ ਹਾਈ ਵੋਲਟੇਜ ਕਈ ਵਾਰ ਇਸ ਤਰ੍ਹਾਂ ਦੇ ਜਦੋਂ ਤਾਰਾਂ ਤੋਂ ਹਿੱਟ ਨਿਕਲਦੇ ਆ ਆਪਾਂ ਮਤਲਬ ਨੇ ਹਾਈ ਵੋਲਟੇਜ ਹੌਂਕ ਕਰਕੇ ਉਹ ਦੂਰੋਂ ਹੀ ਬੰਦੇ ਨੂੰ ਕੈਚ ਕਰ ਲੈਂਦੀਆਂ ਨੇ ਧਰਤੀ ਦਾ ਅਰਥ ਹੁੰਨ ਕਰਕੇ ਦੀ ਮੁਕਤੀ ਹੀ ਮਤਲਬ ਬੰਦਾ ਬਲਾਸਟ ਹੋ ਜਾਂਦਾ ਜਿਹੜਾ ਪਣਾਕਾ ਪੈ ਜਾਂਦਾ ਜਾਂ ਅੱਗ ਲੱਗ ਜਾਂਦੀ ਆਪਾਂ ਦੇਖਦੇ ਆ ਇਸ ਤੋਂ ਨਹੀਂ ਜਿਹੜੀਆਂ ਨਘੇਲੀਆਂ ਨੇ ਜਿੱਥੋਂ ਅਸੀਂ ਜਾਣਦੇ ਆ ਜਾਣ ਬੁਝ ਕੇ ਅਣਜਾਣ ਨਾ ਬਣੀਏ ਜਾਣ ਬੁਝ ਕੇ ਜੀ ਆਪਾਂ ਅਣਜਾਣ ਬੰਦੇ ਨਾਲ ਸਾਡੇ ਨਾਲੋਂ ਵੇਪਰੂਖ ਜ਼ਿਆਦਾ ਕੋਈ ਨਹੀਂ ਸੋ ਦੋਸਤੋ ਅੱਜ ਹੀ ਇਸ ਵੀਡੀਓ ਨੂੰ ਦੇਖ ਕੇ ਘਰ ਦੇ ਆਸ-ਪਾਸ ਜਿੰਨੀਆਂ ਵੀ ਕੱਚੀਆਂ ਦਾਰਾਂ ਨੇ ਉਹਨਾਂ ਨੂੰ ਬਦਲ ਦੋ ਜਿੰਨੇ ਵੀ ਜੋੜ ਲੱਗੇ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਟੱਕ ਦੋ ਜਿੰਨੇ ਵੀ ਤੁਹਾਡੇ ਘਰ ਦੇ ਵਿੱਚ ਉਪਕਰਨ ਜਿਹੜੇ ਤੁਸੀਂ ਰੋਜ਼ ਵਰਤਦੇ ਹੋ ਪ੍ਰੈਸ ਟੀਵੀ ਫ੍ਰਿਜ ਕੂਲਰ ਆਮ ਵਰਤਵ ਵਾਲੀਆਂ ਜੀਜ਼ਾ ਇਹਨਾਂ ਦੇ ਜਾਂਚ ਕਰੋ ਟੈਸਟ ਪੈਨ ਦੇ ਨਾਲ ਕਿ ਕੀ ਕਰੰਟ ਤਾਂ ਨਹੀਂ ਮਾਰਦੀ ਨਾ ਜੇ ਕਰੰਟ ਤਾਂ ਨਹੀਂ ਆਉਂਦਾ ਜੇ ਕਰੰਟ ਆਉਂਦਾ ਤਾਂ ਮਿਸਟਰੀ ਨੂੰ ਦਿਖਾ ਕਰਕੇ ਇਸ ਦਾ ਕਰੰਟ ਰਿਮੂਵ ਕਰ ਦਿਓ ਗਿੱਲੇ ਪੈਰ ਕਦੇ ਵੀ ਬਿਜਲੀ ਤੇ ਕਿਸੇ ਉਪਕਰਨ ਨੂੰ ਨਾ ਸੇੜੋ ਪ੍ਰੈਸ ਕਰਦੇ ਹੋਏ ਵੀ ਕੋਸ਼ਿਸ਼ ਕਰੀ ਜਾਏ ਤਾਂ ਲੱਕੜ ਦੀ ਪੱਟੀ ਤੇ ਲੱਕੜ ਦੀ ਪੀੜੀ ਤੇ ਬੈਠ ਕਰਕੇ ਪੈਰਾਂ ਦੇ ਵਿੱਚ ਕੁਛ ਬੂਟ ਜਾਂ ਮਤਲਬ ਚਪਲਾ ਵਗੈਰਾ ਪਾ ਕਰਕੇ ਹੀ ਪ੍ਰੈਸ ਕੀਤੀ ਜਾਏ ਸੋ ਇਹ ਬੇਨਤੀ ਦਾਸ ਦੀ ਸਵੀਕਾਰ ਕਰੋ ਕਿਉਂਕਿ ਦਾਸ ਨਹੀਂ ਚਾਹੁੰਦਾ ਵੀ ਕੁਝ ਜ਼ਿੰਦਗੀ ਜ਼ਿੰਦਗੀ ਬਹੁਤ ਅਨਮੁੱਲੀ ਹੈ ਕੋਈ ਪਤਾ ਨਹੀਂ ਕਿਹੜਾ ਇਨਸਾਨ ਦੁਨੀਆ ਤੇ ਕਿਸ ਕਾਰਜ ਲਈ ਪ੍ਰਮਾਤਮਾ ਨੇ ਭੇਜਿਆ ਜੇਕਰ ਕਿ ਉਹ ਸਮਾਂ ਰਹਿੰਦੇ ਹੀ ਜ਼ਿੰਦਗੀ ਇਦਾਂ ਹੀ ਬਤੀਤ ਕਰਕੇ ਦੁਨੀਆ ਤੋਂ ਚਲੇ ਜਾਂਦਾ ਅਜਿਨਤੀ ਉਸਦੀ ਇਲੈਕਟ੍ਰੀਕਲ ਸ਼ੋਰ ਦੇ ਨਾਲ ਮੌਤ ਹੋ ਜਾਂਦੀ ਹੈ ਤਾਂ ਦੋਸਤੋ ਇਸ ਤੋਂ ਮੰਨਵਾ ਕੀ ਗੱਲ ਹੋਰ ਕੋਈ ਨਹੀਂ ਹੋ ਸਕਦੀ ਇਸ ਵੀਡੀਓ ਨੂੰ ਤੁਰ ਤੱਕ ਦੇਖਣ ਦੇ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆਉਣ ਵਾਲੀ ਵੀਡੀਓ ਦੇ ਵਿੱਚ ਦਾਸ ਆਪ ਨੂੰ ਦੱਸੇਗਾ ਕਿ ਕਰੰਟ ਤੋਂ ਕਿਵੇਂ ਬਚਿਆ ਜਾ ਸਕਦਾ ਜੇ ਕਰੰਟ ਲੱਗ ਜਾਵੇ ਕਿਸੇ ਇਨਸਾਨ ਨੂੰ ਤਾਂ ਉਹਨੂੰ ਬਚਾਉਣ ਦਾ ਕੀ ਢੰਗ ਹੈ ਕੀ ਢੰਗ ਕਰਕੇ ਆਪਾਂ ਮੌਕੇ ਤੇ ਉਹ ਕੀਮਤੀ ਜ਼ਿੰਦਗੀ ਨੂੰ ਬਚਾ ਸਕਦੇ ਆ ਸੋ ਦੋਸਤੋ ਸਾਡੇ YouTube ਚੈਨਲ ਨੂੰ ਇਹ ਚੈਨਲ ਤੁਹਾਡਾ ਆਪਣਾ ਖੁੱਦ ਦਾ ਚੈਨਲ ਹੈ ਇਸ ਨੂੰ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ ਇਸ ਵੀਡੀਓ ਨੂੰ ਪੂਰੀ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਵੀਡੀਓ ਨੂੰ ਆਪ ਦੇਖ ਕਰਕੇ ਸਾਨੂੰ ਤੁਹਾਡੇ ਤੇ ਰੱਬਰਗਾ ਵਿਸ਼ਵਾਸ ਹੈ ਤੁਸੀਂ ਬੜਾ ਸਾਥ ਦਿੱਤਾ ਦੱਸਦਾ ਦੋਸਤੋ ਪਿਛਲੇ ਸਮੇਂs ਜੋ ਵੀਡੀਓ ਪਾਈਆਂ ਦਾਸਨੀ YouTube ਚੈਨਲ ਤੇ ਆਪਨੇ ਅੱਗੇ ਵੱਧ ਤੋਂ ਵੱਧ ਸ਼ੇਅਰ ਕੀਤੀਆਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ ਤਾਂ ਜੋ ਦੁਨੀਆ ਨੂੰ ਇਹ ਨਿੱਕੇ-ਨਿੱਕੇ ਕਾਰਨਾਂ ਦਾ ਪਤਾ ਲੱਗ ਸਕੇ ਜਿਨ੍ਹਾਂ ਨਾਲ ਸਾਨੂੰ ਕਰੰਟ ਲੱਗਦਾ ਹੈ ਸੋ ਦੋਸਤੋ ਤੁਹਾਡਾ ਫਿਰ ਤੋਂ ਬਹੁਤ-ਬਹੁਤ ਧੰਨਵਾਦ ਥੈਂਕ ਯੂ ਫਾਰ ਵਾਚਿੰਗ ਅੱਗੇ ਸ਼ੇਅਰ ਕਰਨੀ ਨਾ ਖੁੱਲਿਓ ਵੱਧ ਤੋਂ ਵੱਧ ਹੀ ਵੀਡੀਓ ਨੂੰ ਸ਼ੇਅਰ ਕਰੋ ਔਰ ਜੋ ਆਪੀ ਦਾ ਤੁਹਾਡਾ ਖੁਦ ਦਾ YouTube ਚੈਨਲ ਹੈ ਇਸ ਨੂੰ ਸਬਸਕ੍ਰਾਈਬ ਕਰਨਾ ਵੀ ਆਪ ਨਾ ਭੁੱਲਿਓ ਤੇ ਖੂਰਾ ਆਪਣੇ ਦੋਸਤਾਂ ਮਿੱਤਰਾਂ ਤੋਂ ਵੀ ਇਹ ਸਬਸਕ੍ਰਾਈਬ ਜ਼ਰੂਰ ਕਰਾਓ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ